ਜੀ ਇੱਕ ਵਾਰੀ ਲਾ ਦਿੱਤੀ ਸੀ ਟਰਾਲੀ, ਸ਼ੇਵਲ ਨੇ ਪਿੱਛੇ ਹਟਾ ਲਈ, ਹੁਣ ਦੂਸਰੀ ਵਾਰੀ ਲਾਉਂਦੇ ਪਏ ਹਾਂ। ਆਹ ਸੂਰਤ ਹਾਲ ਬਣੀ ਹੋਈ ਹੈ ਸਾਰੀ, ਅੱਗੇ ਮਿੱਟੀ ਦਾ ਖੱਡੇ ਵਾਲੀ ਮਿੱਟੀ ਆ ਗਈ, ਟਰੈਕਟਰ ਦਾ ਹਿੱਸਾ ਜਿਹੜਾ ਨਾ ਬਿਲਕੁਲ ਲੱਗਾ ਪਿਆ, ਟਰਾਲੀ ਦਾ ਹਿੱਸਾ ਵੀ ਲੱਗ ਗਿਆ ਥੱਲੇ। ਦੇ ਦੇ ਉਲਾਰਾ ਦੇ ਓਏ, ਟੀ ਲੱਥੀ ਹੋਈ ਜੀ ਦੂਸਰੀ ਟਰਾਲੀ ਦੇ ਵਿੱਚ ਪਾ ਰਹਿਣ ਬਾਈ ਹੋਰ। ਜੀ ਬਾਈ ਜਾਨ ਟਰਾਲੀ ਲਾ ਦਿੱਤੀ ਹੈ, ਉਸ ਤੋਂ ਬਾਅਦ ਮਿੱਟੀ ਵੀ ਬੈਕ ਸਾਈਡ ਤੋਂ ਸ਼ੇਵਲ ਨੇ ਹਟਾ ਦਿੱਤੀ ਆ। ਹੁਣ ਸ਼ੇਵਲ ਅੱਗੇ ਜ਼ੋਰ ਲਾ ਰਿਹਾ, ਇਹਦੇ ਪਿੱਛੇ ਬੰਪਰ ਲਾਏਗਾ, ਅਗਲਾ ਟਰੈਕਟਰ ਜ਼ੋਰ ਲਾ ਕੇ ਅੱਗੇ ਥੋੜ੍ਹੀ ਲੀਹ ਬਣਾ ਕੇ ਫਿਰ ਪਿਛਾ ਨੂੰ ਟਰਾਲੀ ਦਿੱਕਣਗੇ, ਕਿਉਂਕਿ ਅੱਗੇ ਤਾਂ ਨਿਕਲ ਨਹੀਂ ਸਕਦੀ, ਅੱਗੇ ਮਿੱਟੀ ਦੀ ਟੱਕਰ ਲਾ ਕੇ। ਜਾਲੀ ਮਦਦ ਟੁਰ ਗਈ, ਖੈਰਾਂ ਤੇਰੀਆਂ, ਜਾਵਣ 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 ਰੋ ਗਏ ਲਓ ਜੀ ਬਾਬੇ ਹੋਰੀ ਚੜੇ ਖਲੇ ਮਿੱਟੀ ਦੇ ਉੱਤੇ, ਮੱਥਾ ਰੱਖ ਤੇ ਖਲੈਣ ਸਲਾਮ ਕਰ ਦੇ। ਟਰਾਲੀ ਇਨਸ਼ਾਅੱਲਾ ਨਿਕਲ ਗਈ ਤੇ ਹੁਣ ਨਿਕਲ ਗਈ, ਮੁੜ ਦੱਸ ਕਿਵੇਂ ਰੂਸੀ ਦੀਆਂ ਖੇਡਾਂ, ਚੱਸ ਆ ਗਏ ਕਿ ਬਾਬੇ ਰਿਜ਼ੋਰ ਚੰਗਾ ਲਾਉਂਦੇ। ਬਸ ਹੁਣ ਤਾਂ ਦੇਖਦੇ ਸੀ, ਹੁਣ ਹੀ ਜੇ ਗੈਰਤ ਨਹੀਂ ਕਰਦਾ ਤਾਂ ਮੁੜੇ ਫਾਟਕ ਫਾਟਕ ਨਹੀਂ ਕਬਾੜੀਆਂ ਨੂੰ, ਲਤੀਫ ਕਬਾੜੀਆਂ ਔਰ ਚਿਸ਼ਤੀਆਂ। ਬਾਈ ਜਾਨ ਤੁਸੀਂ ਸੁਣਦੇ ਪੈਣੇ ਤਾਂ ਰੂਸੀ, ਜੇ ਟਰਾਲੀ ਨਾ ਕੱਢੀ ਤਾਂ ਤੁਹਾਨੂੰ ਦੇਵਣਾ। ਓ ਲੈਟ ਹੋ ਰਹੀ ਸਜਦਾ ਕੀਤੀ ਖਲੈਣ ਨੇ ਰੂਸੀ ਦੀ, ਇਹ ਇੱਕ ਅੱਖ ਬਹਿ ਗਈ, ਇੱਕ ਅੱਖ ਆਨਾ ਬਾਹਰ ਆ ਗਈ ਆ, ਸਿਰ ਨੂੰ ਅਸਲ ਦਰਦ ਹੋਈ ਹੈ ਨਾ, ਚੱਕਰ ਆਇਆ ਸਦ ਬਾਹਰ ਆ ਗਈ। ਚੱਲ ਬਈ ਉਸਤਾਦ ਧੱਕੇ ਸੀ, ਬਸ ਧੱਕ ਧੱਕ ਜੀ ਟਰੈਕਟਰ ਅਗਾਂਹ ਨਿਕਲੀ ਖਲੀ, ਟਰਾਲੀ ਫਰੈਸ਼ ਖਲੀ ਆ ਇਸ ਟਾਈਮ। ਹੁਣ ਪਿਛਾਂ ਦੇਖਦਾ ਵੀ ਉਸਤਾਦ ਪਾਕ, ਹੁਣ ਪਤਾ ਲੱਗਦਾ ਵੀ ਕੀ ਕਰਦਾ ਰੂਸੀ, ਅਤੇ ਅੱਲਾ ਦੇ ਫਜ਼ਲ ਅਤੇ ਕਰਮ ਦੇ ਨਾਲ ਇਨਸ਼ਾਅੱਲਾ। ਹਾਏ 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 ਗਈ ਕੀਆ ਕੀਆ ਜੀ ਆ ਸ਼ਹਿਜ਼ਾਦਾ, ਗੁੱਡ ਉਸਤਾਦ, ਗੁੱਡ ਗੁੱਡ ਉਸਤਾਦ, ਗੁੱਡ ਉਸਤਾਦ ਲਤੀਫ। ਅਸਾਂ ਫੇਰ ਵਾਲਾ ਟਰੈਕਟਰ ਨਹੀਂ ਵੇਚਣੇ ਆ, ਜਦੋਂ ਵੇਚਣਾ ਹੈ ਤੈਨੂੰ ਦੱਸਾਂ, ਬੜਾ ਪਿਆਰਾ ਟਰੈਕਟਰ ਹੈ, ਗੁੱਡ ਹੋ ਗਈ ਹੈ ਗੁੱਡ। ਅਗਲੀ ਵੀਡੀਓ ਤੱਕ ਜ਼ਿਆਦਾ ਦੇ ਦਿਓ, ਅੱਲਾ ਹਾਫਿਜ਼।